ਸਤਿ ਸ੍ਰੀ ਅਕਾਲ ਦੋਸਤੋ ਮੈਂ ਰਬਨੀਤ ਬਰਾੜ ਸਪੋਕਸਪਰਸਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਵਧਾਈ ਦੇਣਾ ਚਾਹੁੰਦਾ ਵੀ ਜਿਹੜਾ ਤੁਸੀਂ ਕੱਲ ਆਏ ਇੰਨੇ ਹਜ਼ੂਮ ਚਾਏ ਹਰ ਵਰਗ ਦਾ ਲੋਕ ਆਇਆ ਇੱਥੇ ਤੇ ਕੱਲ 26 ਵਾਲੀ ਪਰੇਡ ਦੀ ਜਿਹੜੀ ਕਾਲ ਸੀ ਉਹਦੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਬੇਸ਼ੱਕ ਬੜੀਆਂ ਤਾਕਤਾਂ ਨੇ ਇਹਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਆਪਾਂ ਸਫਲ ਰਹੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਖਰੇ ਐ ਉਹ ਅੱਜ ਵੀ ਖੜੇ ਐ ਸਾਡੇ ਨਾਲ ਤਾਂ ਜਿਹੜੇ ਬਾਕੀ ਆਏ ਸੀਗੇ ਕੋਈ ਤਰ੍ਹਾਂ ਤਰ੍ਹਾਂ ਦੇ ਅੰਸਰ ਆਏ ਸੀਗੇ ਉਹ ਛੜ ਗਏ ਜਿਵੇਂ ਕਿ ਆਪਾਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਇੱਥੋਂ ਫਸਲ ਆਪਦੀ ਲੈ ਕੇ ਜਾਣੀ ਆਪਾਂ ਇੱਕ ਫਸਲ ਵੀਜੀ ਐ ਤੇ ਇਹਦੇ ਵਿੱਚ ਜਰੂਰ ਗੁੱਲੀ ਡੰਡਾ ਤੇ ਬਾਥੂ ਹੋਊਗਾ ਉਹਦੀ ਪਛਾਣ ਆਪਾਂ ਨੂੰ ਕਰਨੀ ਪਊਗੀ ਇਹਨਾਂ ਦੀ ਪਛਾਣ ਕੱਲ ਹੋ ਹੀ ਗਈ ਐ ਆਪਣੇ ਕੋਲੇ ਅੱਗੇ ਵੀ ਇਹੋ ਜੇ ਮੌਕੇ ਆਉਣਗੇ ਇਹ ਆਪਣੀਆਂ ਟਰਾਲੀਆਂ 'ਚ ਵੀ ਆਉਣਗੇ ਹਰ ਰੂਪਰੇਖਾ ਚਾਹਣਗੇ ਕਈ ਆਪਣੇ ਪੈਸਾ ਜਾਂਉਣਗੇ ਕਈ ਆਪਣੇ ਅਰਗੇ ਲੱਗਣਗੇ ਪਰ ਆਪਾਂ ਨੂੰ ਇਹਨਾਂ ਤੋਂ ਸੁਚੇਤ ਰਹਿਣਾ ਪਊਗਾ ਇਹ ਚੀਜ਼ਾਂ ਦਾ ਅੱਗੇ ਵੀ ਆਪਾਂ ਇਹ ਚੀਜ਼ਾਂ ਸੋਚ ਕੇ ਚੱਲੀਏ ਕਿਉਂਕਿ ਜਦੋਂ ਇਹੋ ਜਿਹੇ ਅੰਦੋਲਨ ਹੁੰਦੇ ਆ ਇਹ ਅੰਦੋਲਨ ਜਦੋਂ ਸ਼ਾਂਤਪੂਰਵਕ ਹੋਵੇ ਤੇ ਸਰਕਾਰਾਂ ਕੋਲੇ ਕੋਈ ਮਸਲਾ ਨਹੀਂ ਹੁੰਦਾ ਇਸ ਅੰਦੋਲਨ ਨੂੰ ਕਿਸੇ ਹਿਸਾਬ ਤੇ ਡੀਫੇਮ ਕਰਨ ਦਾ ਤਾਂ ਉਹ ਫਿਰ ਮਸਲੇ ਆਪ ਉਜਾਗਰ ਕਰਦੇ ਆ ਕੱਲ ਕੀ ਹੋਣਾ ਸੀ ਕੱਲ ਲੱਖਾਂ ਦੀ ਗਿਣਤੀ ਦੀ ਤਦਾਰ ਵਿੱਚ ਜਦੋਂ ਟਰੈਕਟਰ ਵੜਿਆ ਇਹਨਾਂ ਨੇ ਦੇਖਿਆ ਪਿਛਲੇ ਤਿੰਨ ਚਾਰ ਦਿਨਾਂ ਤੋਂ ਤਾਂ ਇਹਨਾਂ ਨੇ ਸੋਚਿਆ ਵੀ ਕਿਸੇ ਨਾ ਕਿਸੇ ਹਿਸਾਬ ਤੇ ਇਹਨੂੰ ਡੀਫੀਮ ਕੀਤਾ ਜਾਵੇ ਜਿਹੜੇ ਆਪਾਂ ਨੂੰ ਰੂਟ ਦਿੱਤੇਗੇ ਸਾਡੇ ਸੰਯੁਕਤ ਮੋਰਚੇ ਨੇ ਰੂਟ ਦਿੱਤੇ ਅਸੀਂ ਉਹਦੇ ਤੇ ਚੱਲ ਕੇ ਪਰੇਡ ਕਰਕੇ ਵਾਪਸ ਆਪਦੇ ਆਪਦੇ ਬਾਰਡਰਾਂ ਤੇ ਆਉਣਾ ਸੀ ਉਸ ਤੋਂ ਪਹਿਲਾਂ ਹੀ ਕੁਝ ਸ਼ਰਾਰਤੀ ਅੰਸਰਾਂ ਨੇ ਇੱਕ ਡਾਈਵਰਜਨ ਦੇ ਕੇ ਹੋਰ ਪਾਸੇ ਲੈ ਗਏ ਪਰ ਫਿਰ ਵੀ ਆਪਣੇ ਲੋਕ ਡਟੇ ਰਹੇ ਅੱਜ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੰਟਰਨੈਟ ਬੇਸ਼ੱਕ ਬੰਦ ਹੈ ਜਿੰਨੇ ਵੀ ਵੀਰ ਮੇਰੇ ਇਹਨੂੰ ਸੁਣ ਰਹੇ ਆ ਉਹ ਜਰੂਰ ਸ਼ੇਅਰ ਕਰੋ ਵੀ ਅੱਜ ਵੀ ਲੱਖਾਂ ਦੀ ਤਦਾਰ ਦੇ ਵਿੱਚ ਇੱਥੇ ਬੰਦਾ ਬੈਠਾ ਹੈ ਟਰਾਲੀਆਂ ਉੱਥੇ ਹੀ ਖੜੀਆਂ ਲੰਗਰ ਉਵੇਂ ਹੀ ਚੱਲ ਰਹੇ ਆ ਵਿੱਚ ਬੀਬੀਆਂ ਵੀ ਬੈਠੀਆਂ ਵਿੱਚ ਮੇਰੇ ਛੋਟੇ ਬੱਚੇ ਵੀ ਬੈਠੇ ਆ ਵਿੱਚ ਭਰਾ ਵੀ ਬੈਠੇ ਆ ਹਰ ਵਰਗ ਦਾ ਅਜੇ ਵੀ ਆਪਣਾ ਇੱਥੇ ਬੈਠਾ ਤਾਂ ਮੈਂ ਹੁਣੇ ਸਟੇਜ ਤੋਂ ਆਇਆ ਉੱਥੇ ਵੀ ਮਤਲਬ ਕਿ ਹਜ਼ਾਰਾਂ ਦੀ ਤਦਾਰ ਦੇ ਵਿੱਚ ਇਕੱਠ ਸੀ ਅੱਗੇ ਮੈਂ ਇੰਨਾ ਕਦੇ ਇਕੱਠ ਨਹੀਂ ਵੇਖਿਆ ਜਿਹੜਾ ਅੱਜ ਇਕੱਠ ਸੀਗਾ ਤਾਂ ਜਿਵੇਂ ਇਹ ਕਹਿੰਦੇ ਸੀ ਅਸੀਂ ਸਟੇਜਾਂ ਆਪ ਰੱਖ ਲਾਂਗੇ ਉਹ ਰੱਖ ਲਾਂਗੇ ਕੁਛ ਨਹੀਂ ਅੱਜ ਵੀ ਸਟੇਜ ਸੰਯੁਕਤ ਕਿਸਾਨ ਮੋਰਚੇ ਦੀ ਐ ਤੇ ਉਹਦੀ ਰਹੂਗੀ ਇਹ ਸਟੇਜ ਸਗੋਂ ਹੋਰ ਤਕੜੀ ਹੋਗੀ ਆਪਾਂ ਹੋਰ ਆਪਾਂ ਨੂੰ ਬਲ ਮਿਲ ਗਿਆ ਆਪਾਂ ਨੂੰ ਪਛਾਣ ਹੋ ਗਈ ਵੀ ਕਿਹੜੇ ਬੰਦੇ ਆਪਣੇ ਨਾਲ ਆ ਤੇ ਕਿਹੜੇ ਬੰਦੇ ਆਪਣੇ ਉਲਟਾ ਦੇਖੋ ਕਦੇ ਨਾ ਕਦੇ ਆਪਣੇ ਤੋਂ ਗਲਤੀ ਹੋ ਜਾਂਦੀ ਹੈ ਆਪਾਂ ਜਜ਼ਬਾਤੀ ਲੋਕ ਹੁੰਨੇ ਆ ਆਪਾਂ ਵਹਿ ਜਾਂਦੇ ਆ ਭਾਵਨਾਵਾਂ ਦੇ ਵਿੱਚ ਤੇ ਲੋਕ ਆਪਾਂ ਨੂੰ ਗੁੰਮਰਾਹ ਕਰਦੇ ਰਹੇ ਆ ਅਕਸਰ ਹੋਇਆ ਵੀ ਗੁੰਮਰਾਹ ਕਰਕੇ ਆਪਣੇ ਤੋਂ ਅੱਗੇ ਆਪਾਂ ਨੂੰ ਲਾ ਦਿੰਦੇ ਆ ਤੇ ਫੇਰ ਭੱਜ ਜਾਂਦੇ ਆ ਇਵੇਂ ਕੱਲ੍ਹ ਹੋਇਆ ਤੇ ਅੱਗੇ ਵੀ ਹੋਣਦੇ ਅਸਾਰ ਹੈਗੇ ਆ ਮੈਂ ਤਾਂ ਸਿਰਫ ਸੁਚੇਤ ਕਰਨਾ ਚਾਹੁੰਦਾ ਤੁਹਾਨੂੰ ਤੇ ਨਾਲ ਤੁਹਾਨੂੰ ਇਹ ਗੱਲ ਦੱਸਣਾ ਰਹੋਣਾ ਵੀ ਕਿਸੇ ਤਰ੍ਹਾਂ ਦਾ ਲੋਕ ਕੋਈ ਇੱਥੋਂ ਜਾ ਨਹੀਂ ਰਿਹਾ ਸਾਰੇ ਲੋਕ ਇੱਥੇ ਹੀ ਖੜੇ ਆ ਚਟਾਨ ਵਾਂਗ ਖੜੇ ਆ ਤੇ ਕਿਸਾਨ ਯੂਨੀਅਨ ਉਹਨਾਂ ਦੇ ਨਾਲ ਖੜੀ ਆ ਸੰਯੁਕਤ ਮੋਰਚਾ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਅਸੀਂ ਕੋਈ ਵੀ ਵੀਰ ਜਿਹੜਾ ਇੱਥੇ ਆਊਗਾ ਉਹਦੀ ਪੂਰੀ ਜ਼ਿੰਮੇਵਾਰੀ ਲੈਨੇ ਆ ਉਹਦਾ ਉਹਦਾ ਰਾਸ਼ਨ ਪਾਣੀ ਦਾ ਉਹਦਾ ਰਹਿਣ ਦਾ ਅਸੀਂ ਇੱਕ ਸੰਯੁਕਤ ਕਿਸਾਨ ਮੋਰਚਾ ਹੀ ਲਾਊਗਾ ਇਹੀ ਕਹਿੰਦਾ ਹੋਇਆ ਆਜ਼ਾਦਤ ਲੈਣਾ ਜੀ ਤੁਹਾਡੇ ਤੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ